ਹਾਂਜੀ, ਅੱਜ ਕੁੜੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਵਧੀਆ, ਜਿਹੜਾ ਕਿ ਆਪਾਂ ਕਰੀਮ ਤਿਆਰ ਕਰਦੇ ਹਾਂ ਉਹ ਘਰੇਲੂ ਚੀਜ਼ਾਂ ਨਾਲ ਤਿਆਰ ਹੋਣ ਵਾਲੀ ਹੈ, ਜਿਹੜੀ ਕਿ ਆਟੇ ਤੋਂ ਤਿਆਰ ਹੁੰਦੀ ਹੈ। ਮੈਂ ਸਾਰਾ ਕੁਝ ਤੁਹਾਨੂੰ ਦੱਸੂਂਗੀ ਵੀ ਇਹਦੇ ਵਿੱਚ ਆਪਾਂ ਕੀ ਪਾਇਆ ਹੈਗਾ। ਸਕਿਨ 'ਤੇ ਤੁਹਾਡੀ ਚਮੜੀ 'ਤੇ ਕਿਤੇ ਕਾਲਾਪਨ ਆ ਗਿਆ ਤਾਂ ਉਹਨੂੰ ਇਹਨੇ ਦੂਰ ਕਰ ਦੇਣਾ। ਬਾਹਾਂ 'ਤੇ ਹੈ, ਹੱਥਾਂ 'ਤੇ ਹੈ, ਜਾਂ ਤੁਹਾਡੇ ਗਰਦਨ 'ਤੇ ਹੈ, ਜਾਂ ਫੇਸ 'ਤੇ ਹੈ, ਤੁਸੀਂ ਅਗਰ ਇਹਨੂੰ ਲਗਾਤਾਰ ਲਾਉਂਦੇ ਹੋ ਤਾਂ ਇਹਨੇ ਬਹੁਤ ਜ਼ਿਆਦਾ ਫਰਕ ਕਰਨਾ ਜੀ। ਹਫ਼ਤੇ ਦੇ ਵਿੱਚ ਤੁਸੀਂ 3 ਵਾਰ ਲਾ ਸਕਦੇ ਹੋ ਜੀ ਇਹਨੇ। ਆਪਾਂ ਵੈਸੇ ਮਾਸਕ ਵੀ ਤਿਆਰ ਕਰ ਰੱਖਿਆ ਜੀ, ਜਿਹੜਾ ਕਿ ਗਰਮੀਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੈ ਅਤੇ ਬਹੁਤ ਉਹਦੇ ਆਰਡਰ ਆ ਰਹੇ ਨੇ ਜੀ, ਬਾਹਰ ਵੀ ਜਾ ਰਿਹਾ ਜੀ ਉਹ ਆਪਣਾ ਮਾਸਕ। ਅਤੇ ਤੁਸੀਂ ਵੀ ਅਗਰ ਮੰਗਵਾਉਣਾ ਹੋਵੇ ਤਾਂ ਮੇਰਾ ਨੰਬਰ ਦਿੱਤਾ ਹੋਇਆ ਜੀ, ਉੱਤੇ ਤੁਸੀਂ ਆਰਡਰ ਕਰ ਸਕਦੇ ਹੋ। ਪਰ ਜਿਹੜੀਆਂ ਇਹ ਘਰੇਲੂ ਚੀਜ਼ਾਂ ਦੱਸਦੀਆਂ ਮੈਂ ਤੁਹਾਨੂੰ, ਇਹ ਵੀ ਤੁਸੀਂ ਵਰਤ ਸਕਦੇ ਹੋ ਜੀ, ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਕਰੋ। ਪਰ ਜਿਹੜੀਆਂ ਮੈਂ ਇਹ ਘਰੇਲੂ ਚੀਜ਼ਾਂ ਦੱਸਦੀ ਹੈ, ਇਹ ਓਟਸ ਹੈ ਜੀ, ਇਹਨਾਂ ਨੂੰ ਆਪਾਂ ਕਿਵੇਂ ਤਿਆਰ ਕਰਨਾ ਮੈਂ ਸਾਰਾ ਕੁਝ ਤੁਹਾਨੂੰ ਦੱਸੂਂਗੀ ਵੀ ਆਪਾਂ ਇਹਨੂੰ ਕਿਵੇਂ ਤਿਆਰ ਕਰਕੇ ਅਤੇ ਕਿਵੇਂ ਇਹਦੀ ਆਪਾਂ ਨੇ ਕਰੀਮ ਬਣਾਉਣੀ ਹੈਗੀ ਹੈ, ਠੀਕ ਆ ਨੀ ਜੀ। ਆਪਾਂ ਲੈ ਲਏ ਜੀ ਇਹ ਓਟਸ। ਓਟਸ ਨੂੰ ਕੀ ਕਰਨਾ ਜੀ, ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਲੈਣਾ ਹੈਗਾ, ਜਿਹਦੇ ਵਿੱਚ ਕਿ ਇਹਦਾ ਪਾਊਡਰ ਬਣੂਗਾ, ਚੰਗੀ ਤਰ੍ਹਾਂ ਇਹਦਾ ਆਟਾ ਬਣ ਜੂਗਾ। ਓਟਸ ਜਿਹੜੇ ਆਪਣੇ ਖਾਣ ਵਾਲੇ ਹੁੰਦੇ ਜੀ, ਉਹੀ ਓਟਸ ਹੈ ਇਹ। ਇਹਦਾ ਵਧੀਆ ਪਾਊਡਰ ਬਣਾ ਲਓ। ਪਾਊਡਰ ਬਣਾ ਕੇ ਤੁਸੀਂ ਇਹਨੂੰ ਇੱਕ ਕੌਲੀ ਦੇ ਵਿੱਚ ਕੱਢ ਲਓ ਜੀ, ਇੱਕ ਕਟੋਰੀ ਦੇ ਵਿੱਚ ਕੱਢ ਲਓ। ਅਤੇ ਇਹਦੇ ਵਿੱਚ ਹੁਣ ਆਪਾਂ ਕੀ ਕਰਨਾ ਜੀ, ਆਪਾਂ 2 ਕੁ ਚਮਚੇ ਲੈਣੇ ਆ ਜੀ ਓਟਸ ਦੇ। ਆਪਾਂ ਇਕੱਠਾ ਤਿਆਰ ਕਰ ਲਿਆ ਇਹਦੇ 'ਚੋਂ ਤੁਸੀਂ 2 ਚਮਚੇ ਓਟਸ ਦੇ ਪਾ ਲਓ ਜੀ, ਜ਼ਿਆਦਾ ਨਹੀਂ ਪਾਉਣੇ ਹੈਗੇ ਆਪਾਂ। ਬਾਹਲੇ ਆਪਾਂ ਕੀ ਕਰਨੇ ਆ ਜੀ, ਫਿਰ ਬਾਹਲੇ ਹੋ ਜਾਂਦੇ ਆ। 1 ਚਮਚਾ ਤੁਸੀਂ ਇਹਦੇ ਵਿੱਚ ਦਹੀਂ ਦਾ ਪਾ ਲਓ, ਜਿਹੜਾ ਕਿ ਤੁਹਾਡੇ ਫੇਸ 'ਤੇ ਵਧੀਆ ਲੱਗ ਜਾਣਾ ਜੀ। 1 ਚਮਚਾ ਤੁਸੀਂ ਇਹਦੇ ਵਿੱਚ ਸ਼ਹਿਦ ਦਾ ਪਾ ਲਓ ਜੀ। ਸ਼ਹਿਦ ਆਪਾਂ ਬਹੁਤ ਵਧੀਆ ਲਿਆਂਦਾ ਜੀ, ਤਿਆਰ ਕਰਵਾਇਆ ਹੈਗਾ, ਜਿਹੜਾ ਕਿ ਛੋਟੀ ਮੱਖੀ ਦਾ ਆਪਾਂ ਲੈ ਕੇ ਰੱਖਦੇ ਹਾਂ। ਕਈ ਲੋਕ ਆਪਣੇ ਤੋਂ ਮੰਗਵਾਉਂਦੇ ਵੀ ਹੈ ਅਤੇ ਆਪਾਂ ਭੇਜਦੇ ਵੀ ਹੈ, ਠੀਕ ਹੈ ਜੀ। ਬਹੁਤ ਵਧੀਆ ਓਰਿਜਨਲ ਸ਼ਹਿਦ ਹੈ ਜੀ। ਅਗਰ ਤੁਸੀਂ ਵੀ ਮੰਗਵਾਉਣਾ ਹੋਵੇ ਤਾਂ ਨੰਬਰ ਆਪਣੀ ਵੀਡੀਓ ਦੇ ਉੱਪਰ ਚੱਲ ਰਿਹਾ ਜੀ, ਤੁਸੀਂ ਮੰਗਵਾ ਸਕਦੇ ਹੋ। ਇਸ ਤਰ੍ਹਾਂ ਇਹਦਾ ਲੇਪ ਬਣਾ ਕੇ ਤੁਸੀਂ ਹੱਥਾਂ 'ਤੇ ਲਾ ਲਓ ਜੀ, ਮੂੰਹ 'ਤੇ ਲਾ ਲਓ। ਹਫ਼ਤੇ ਦੇ ਵਿੱਚ ਤੁਸੀਂ 3 ਵਾਰ ਲਾਓ, ਜਦੋਂ ਥੋੜ੍ਹਾ ਜਿਹਾ ਅੱਠਰ ਗਿਆ, ਸੁੱਕ ਗਿਆ ਹਵਾ ਜੀ ਨਾਲ ਇਹ, ਤਾਂ ਤੁਸੀਂ ਇਹਨੂੰ ਰਗੜ ਕੇ ਚੰਗੀ ਤਰ੍ਹਾਂ ਲਾ ਲਓ ਜੀ। ਅਤੇ ਇਹਦੇ ਨਾਲ ਤੁਹਾਡੇ ਇੱਕਦਮ ਸਾਫ਼ ਹੋ ਜਾਣਾ ਜੀ, ਜਦੋਂ ਤੁਸੀਂ ਇਹਨੂੰ ਮਤਲਬ ਕਿ ਸੁੱਕ ਗਿਆ ਨਾ, ਲਾ ਲੈਣਾ ਹਲਕੇ ਹੱਥਾਂ ਨਾਲ। ਉਸ ਤੋਂ ਬਾਅਦ ਧੋ ਲਓ ਹੱਥਾਂ ਨੂੰ, ਤੁਸੀਂ ਇਹ ਮੂੰਹ ਨੂੰ ਧੋ ਲਓ, ਹੱਥਾਂ ਨੂੰ ਧੋ ਲਓ ਜੀ। ਧੋ ਕੇ ਚੰਗੀ ਤਰ੍ਹਾਂ ਵਧੀਆ ਆ ਦੇਖੋ ਤੁਸੀਂ, ਵਧੀਆ ਬਣ ਜਾਂਦਾ। ਅਤੇ ਫਿਰ ਆਪਾਂ ਨੇ ਕੀ ਕਰਨਾ ਜੀ, ਉਸ ਤੋਂ ਬਾਅਦ ਆਪਾਂ ਕੀ ਲਾਉਣਾ ਹੈਗਾ ਮੈਂ ਤੁਹਾਨੂੰ ਸਾਰਾ ਦਿਖਾਉਂਦੀ ਹਾਂ। ਤੁਸੀਂ ਆਪਣੀ ਵੀਡੀਓ ਦੇ ਨਾਲ ਬਣਿਆ ਰਿਹਾ ਕਰੋ, ਅਤੇ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਉਹ ਦੱਸੋ ਜੀ। ਆਹ ਲੈ ਲਿਆ ਜੀ ਆਪਾਂ ਨਾਰੀਅਲ ਦਾ ਤੇਲ। ਉਸ ਤੋਂ ਬਾਅਦ ਆਪਾਂ ਨਾਰੀਅਲ ਦਾ ਤੇਲ ਜ਼ਰੂਰ ਲਾਉਣਾ ਜੀ, ਇਸ ਚੀਜ਼ ਦਾ ਧਿਆਨ ਰੱਖਿਓ ਥੋੜ੍ਹਾ ਜਿਹਾ। ਜਦੋਂ ਵੀ ਤੁਸੀਂ ਇਹਨੂੰ ਆਹ ਮਾਸਕ ਨੂੰ ਲਾ ਲੈਣਾ, ਉਸ ਤੋਂ ਬਾਅਦ ਨਾਰੀਅਲ ਦਾ ਤੇਲ ਲਾ ਲਓ ਜੀ ਤੁਸੀਂ। ਨਾਰੀਅਲ ਦੇ ਤੇਲ ਨੇ ਇਹਨੂੰ ਇੱਕਦਮ ਮੁਲਾਇਮ ਕਰ ਦੇਣਾ ਅਤੇ ਗੋਰਾਪਨ ਲੈ ਆਉਣਾ। ਮੇਰੀ ਵੀਡੀਓ ਤੁਹਾਨੂੰ ਭਾਈ ਕੁੜੀਓ ਕਿਵੇਂ ਲੱਗੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ, ਅਤੇ ਮੇਰੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਲਾਈਕ ਕਮੈਂਟ ਕਰ ਦੇਣਾ, ਕਮੈਂਟ ਕਰ ਦੇਣਾ ਜੀ। ਸੋਹਣੇ ਸੋਹਣੇ ਸ਼ੇਅਰ ਦੀ ਤੁਹਾਡੀ ਮਰਜ਼ੀ ਹੈ ਜੀ, ਕਰੋ ਲਾਈਕ ਕਰੋ ਨਾ ਕਰੋ, ਪਰ ਮੈਨੂੰ ਕਮੈਂਟਾਂ ਦਾ ਬਹੁਤ ਪਿਆਰ ਆਉਂਦਾ ਜੀ, ਕਮੈਂਟ ਜ਼ਰੂਰ ਕਰ ਦੇਣਾ। ਚਲੋ ਠੀਕ ਹੈ ਜੀ, ਧੰਨਵਾਦ ਜੀ।